ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਆਈ ਐਮ ਲਵਪ੍ਰੀਤ ਵਰਮਾ, ਫਾਊਂਡਰ ਵੈਨਿਊਰ ਇੰਗਲਿਸ਼। ਸਾਰੇ ਸਟੂਡੈਂਟਸ ਨੂੰ ਮੈਂ ਦੱਸਣਾ ਚਾਹਾਂਗਾ, ਅਗਰ ਤੁਸੀਂ ਸਪਟੰਬਰ 2022 ਵਾਸਤੇ ਅਪਲਾਈ ਕਰਨਾ ਚਾਹੁੰਦੇ ਹੋ, ਦਿਸ ਇਜ਼ ਦ ਰਾਈਟ ਟਾਈਮ। 2022 ਬਹੁਤ ਜਲਦੀ ਬੰਦ ਹੋ ਰਿਹਾ ਸੈਸ਼ਨ, ਸੋ ਕੈਨੇਡਾ ਵਾਸਤੇ ਜਿਹੜੇ ਵੀ ਕੈਂਡੀਡੇਟਸ ਇੰਟਰਸਟਡ ਨੇ, ਵੀ ਹੈਵ ਮੋਰ ਦੈਨ 250 ਡਾਇਰੈਕਟ ਟਾਈ ਅਪਸ, 250 ਤੋਂ ਵੱਧ ਟਾਈ ਅਪਸ ਸਾਡੇ ਕੈਨੇਡਾ ਵਿੱਚ ਡਾਇਰੈਕਟ ਨੇ। अगर ਤੁਸੀਂ IELTS ਆਲਰੇਡੀ ਕਰ ਚੁੱਕੇ ਹੋ ਜਾਂ ਕਰਨਾ ਚਾਹੁੰਦੇ ਹੋ ਤਾਂ ਵੈਨਿਊਰ ਇੰਗਲਿਸ਼ ਤੇ ਜ਼ਰੂਰ ਵਿਜ਼ਿਟ ਕਰੋ ਐਂਡ ਗੈਟ ਦ ਰਾਈਟ ਗਾਈਡੈਂਸ। ਕਿਹੜਾ ਕੋਰਸ ਤੁਹਾਨੂੰ ਚਾਹੀਦਾ ਹੈ, ਕਿਹੜਾ ਕਰੀਅਰ ਡਰਿਵਨ ਕੋਰਸਿਸ ਦੀ ਖੋਜ ਵਿੱਚ ਹੋ, ਪੀਅਰ ਕਿੱਦਾਂ ਮਿਲ ਸਕਦੀ ਹੈ, ਤੁਸੀਂ ਕੈਨੇਡਾ ਸੈਟਲਮੈਂਟ ਕਿਵੇਂ ਹਾਸਲ ਕਰ ਸਕਦੇ ਹੋ ਥੋੜ੍ਹੇ ਟਾਈਮ ਦੇ ਵਿੱਚ, ਸਾਨੂੰ ਮਿਲੋ, ਸਾਡੇ ਕੰਸਲਟੈਂਟਸ ਨੂੰ ਮਿਲੋ ਔਰ ਸਾਰੀ ਜਾਣਕਾਰੀ ਹਾਸਲ ਕਰੋ। ਇਸ ਤੋਂ ਇਲਾਵਾ ਮੈਂ ਉਹਨਾਂ ਸਟੂਡੈਂਟਸ ਨੂੰ ਔਰ ਪੇਰੈਂਟਸ ਨੂੰ ਜ਼ਰੂਰ ਕਹਿਣਾ ਚਾਹਾਂਗਾ ਕਿ ਜਿਹੜੇ 2022 ਸਪਟੰਬਰ ਲਈ ਸੋਚ ਰਹੇ ਨੇ, ਦੇਰੀ ਨਾ ਕਰੋ, ਦਿਸ ਇਜ਼ ਦ ਰਾਈਟ ਟਾਈਮ ਟੂ ਅਪਲਾਈ। ਜਨਵਰੀ 2023 ਦੀ ਐਪਲੀਕੇਸ਼ਨ ਵੀ ਸ਼ੁਰੂ ਹੋ ਚੁੱਕੀਆਂ ਨੇ, ਸਪਟੰਬਰ ਅਸੀਂ ਫਾਈਲਿੰਗ ਸਟਾਰਟ ਕਰ ਚੁੱਕੇ ਹਾਂ, 35 ਫਾਈਲਿੰਗਸ ਆਲਰੇਡੀ ਆਲਮੋਸਟ ਨੀਅਰ ਟੂ ਐਂਡ ਨੇ। ਸਰ ਜਲਦੀ ਕਰੋ ਐਂਡ ਛੇਤੀ ਛੇਤੀ ਵੀਜ਼ਾ ਲੈ ਕੇ ਆਓ। ਸਾਡੀਆਂ ਸ਼ੁਭਕਾਮਨਾਵਾਂ ਸਾਰੇ ਬੱਚਿਆਂ ਔਰ ਉਹਨਾਂ ਦੇ ਪੇਰੈਂਟਸ ਦੇ ਨਾਲ। ਸਤਿ ਸ਼੍ਰੀ ਅਕਾਲ।